ਹਾਂਜੀ ਪੰਜਾਬ ਦੇ ਜੂਥ ਨੂੰ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗਿਆ ਕੱਲ ਫੇਰ 40 ਦਿਨ ਦੀ ਪ੍ਰੋਲ ਤੇ ਰਾਮ ਰਹੀਮ ਪਤਾ ਕਿਸੇ ਨੂੰ ਕਾਰਨ ਇਹਦਾ ਕਾਰਨ ਆ ਜਿਹੜਾ ਭਗਵੰਤ ਮਾਨ ਸਰਕਾਰ ਨੇ ਐਡਵੋਕੇਟ ਜਰਨਲ ਪੰਜਾਬ ਇਹ ਆ ਨਾ ਜਿਹੜਾ ਉਹ ਇਹਦਾ ਪਹਿਲਾ ਵਕੀਲ ਰਹਿ ਚੁੱਕਾ ਆ ਇਹਨਾਂ ਦਾ ਇੱਕ ਬਹਿਣ ਖੈਣ ਸਹਣ ਜੋ ਵੀ ਆ ਇਕੱਠਾ ਆ ਰਾਮ ਰਹੀਮ ਦੇ ਨਾਲ ਇਹੀ ਤਾਂ ਚ ਇਹੀ ਤਾਂ ਜੇ ਸਾਡੇ ਜਖਮ ਤਾਂ ਹਮੇਸ਼ਾ ਲੂਨ ਛੜ ਕੇ ਆ ਗਿਆ ਆ ਮੂਰਖ ਬਣਾਇਆ ਗਿਆ ਪੰਜਾਬ ਦੀ ਜਨਤਾ ਨੂੰ ਮੂਰਖ ਕਿਤੇ ਇੱਕ ਜਗ੍ਹਾ ਤੇ ਇਨਸਾਫ ਦੱਸਦੇ ਹੋ ਕਿਤੇ ਪੰਜਾਬ ਨੂੰ ਇਨਸਾਫ ਮਿਲਿਆ ਹੋਵੇ ਆਪਣੇ ਸਿੱਖਾਂ ਨੂੰ ਕਦੀ ਇਨਸਾਫ ਮਿਲਿਆ ਹੋਵੇ ਇਹੀ ਕਾਤਲ ਲੋਕ ਆ ਇਹੀ ਸਾਲੇ ਆਪਣਾ ਕੋਈ ਨਾ ਕੋਈ ਨਵਾਂ ਛੂਸਾ ਛੱਡ ਦਿੰਦੇ ਆ 75 ਸਾਲ ਹੋ ਗਏ ਦੇਖਦਿਆਂ ਨੂੰ ਵੀ ਪਾਣੀ ਪਾਣੀ ਇੱਕ ਬੂੰਦ ਨਹੀਂ ਜਾਣਦੇ ਅੱਜ ਫੇਆ ਬਚਕੀਆ ਹਰਪਾਲ ਚੀਮੇ ਨੇ ਦਿੱਤਾ ਬਿਆਂ ਇੱਕ ਬੂੰਦ ਨਹੀਂ ਪਾਣੀ ਦੀ ਜਾਣਦੇ ਆ ਜਿਹੜੀ ਨਹਿਰ ਭਰੀ ਜਾਂਦੀ ਆ ਰੋਪੜ ਵਾਲੀ ਐ ਸਰਹੰਦ ਵਾਲੀ ਫਤਿਹਗੜ੍ਹ ਸਾਹਿਬ ਵਾਲੀ ਇਹ ਕਿੱਥੇ ਜਾਂਦੀ ਆ ਇੱਕ ਇੰਚ ਵੀ ਕਦੀ ਪਾਣੀ 1 ਇੰਚ 10 ਬਾਲਟੀਆਂ ਭਰ ਕੇ ਦਿਖਾ ਲਦੀ ਵਿੱਚੋਂ ਨਾਲੇ ਤੂੰ ਮੰਤਰੀ ਆ ਤੇਰੇ ਨੱਕ 'ਚ ਨਾਥ ਨਾ ਪਾ ਦੇਣਗੇ ਅਗਲੇ ਤੇ ਤੁਸੀਂ ਖੌਰੂ ਪਾਉਣੇ ਇੱਕ ਬੂੰਦ ਨਹੀਂ ਪਾਣੀ ਦੀ ਜਾਂਦੇਾਂਗੇ ਕਿਉਂ ਮੂਰਖ ਬਣਾਉਨੇ ਆ ਪੂਰੇ ਪੰਜਾਬ ਨੂੰ ਪੰਜਾਬ ਲੁੱਟਿਆ ਤੁਹਾਡੇ ਥੋਂ ਜਾ ਰਿਹਾ ਜਿਹੜਾ ਆਪਣੇ ਨਾਂ ਕੀ ਆ ਹਰੀਕੇ ਪੱਤਣ ਵਾਲਾ ਪਾਣੀ ਆ 700 748 ਕਿਲੋਮੀਟਰ ਲੰਬੀ ਨਹਿਰ ਆ ਔਰ ਉਹਦੇ ਲਈ ਭਗਵਾਨ ਤਮਾਨ ਨੇ ਬਜਟ ਪਟਾ 8 ਕਰੋੜ ਦਾ 800 ਕਰੋੜ ਦਾ ਬਜਟ ਰੱਖਿਆ ਆ ਨੂੰ ਨੂਰ ਪੇਰ ਕਰਾਉਂਦਾ ਹਲੇ ਤੁਸੀਂ ਕਹਿੰਦੇ ਪਾਣੀ ਉਹ ਤੁਸੀਂ ਤਾਂ ਦੱਲਿਓ ਪਾਣੀ ਦੇ ਤੁਸੀਂ ਤੁਸੀਂ ਤਾਂ ਵੇਚਣ ਡੇ ਆ ਤੁਸੀਂ ਤਾਂ ਸਾਨੂੰ ਮਾਰਨ ਡੇ ਆ ਤੁਸੀਂ ਸਾਡੇ ਗਾਲ 'ਚ ਊਠਾ ਦੇਣ ਡੇ ਆ ਤੁਸੀਂ ਆਪ ਤਾਂ ਉਹਨਾਂ ਨਾਲ ਜਾ ਕੇ ਸੰਧੀਆਂ ਕਰਦੇ ਆ ਪਾਣੀ ਦੇਣ ਦੀਆਂ ਪਾਣੀ ਰੋਕਣਾ ਕਹਿੰਨੇ ਆ ਤੁਸੀਂ ਤਾਂ ਮੂਰਖ ਬਣਾਉਂਨੇ ਆ ਆ ਜਿਹੜਾ ਹੁਣ ਤੇਰੇ ਨਾਲ ਬੈਠਾ ਵੀਨੂ ਪ੍ਰਸ਼ਾਦ ਪਾਣੀ ਦੇ ਮਸਲੇ ਤੇ ਗੱਲ ਕਰਨ ਗਿਆ ਯਾਦ ਕਰ ਪੰਜਾਬ ਵਾਲਿਓ ਯਾਦ ਕਰੋ ਇਹੇ ਬੰਦਾ ਆ ਕਹਿੰਦਾ ਸੀ ਸਿੱਖਾਂ ਨੂੰ ਪੱਗਾਂ ਵਾਲਿਆਂ ਨੂੰ ਸਾਡੇ ਰੋਡੇ ਭੋਟਿਆਂ ਦੇ ਥੱਲੇ ਥੱਲੇ ਲਾ ਕੇ ਰਹਿਣਾ ਪਊ ਹੁਣ ਪੰਜਾਬ ਦੇ ਵਿੱਚ ਇਹੋ ਹੀ ਇਹਦਾ ਬਿਆਨ ਪੜੋ ਵਿਜੇ ਕੁਮਰ ਪ੍ਰਤਾਪ ਸਿੰਘ ਪਿੱਟ ਕੇ ਮਰ ਗਿਆ ਤੁਹਾਡੇ ਕੋ ਬੀ ਬਰਗਾੜੀ ਦੇ ਅਸਲੀ ਕਾਤਲ ਇਹ ਆ ਤੁਸੀਂ ਚੋਰ ਕੁੱਤੀ ਫੇਰ ਰਹੇ ਹੋ ਆ ਜਿਹੜਾ ਕਹਿੰਦਾ ਤੂੰ ਤੂੰ ਸੋਨਾ ਛੋਨਾ ਹਰ ਸਿਮਰਤਾ ਦੱਸਦਾ ਹੁਣ ਆਪਣੀ ਭੈਣ ਦਾ ਤੇ ਮਾਂ ਦਾ ਤੇ ਆਪਣੇ ਘਰਾਂ ਜਿਆ ਦੇਖ ਨਹੀਂ ਹੋ ਗਿਆ ਬਰਾਬਰ ਹੋ ਗਿਆ ਬਰਾਬਰ ਓਏ ਸਾਨੂੰ 75 ਸਾਲਾਂ ਤੋਂ ਇਹਨਾਂ ਨੇ ਹੀ ਮੂਰਖ ਬਣਾਇਆ ਇੱਕ ਬੂੰਦ ਨਹੀਂ ਇੱਕ ਬੂੰਦ ਨਹੀਂ ਸਾਏ ਟੱਕ ਵੀ ਆਪ ਲਵਾ ਗਏ ਜਮੀਨਾ ਵੀ ਐਕਵਾਇਰ ਕਰਕੇ ਆਪ ਨਹਿਰਾਂ ਬਣਵਾਤੀਆਂ ਤੇ ਕਹਿੰਦੇ ਇੱਕ ਦੇ ਇੱਕ ਇੱਕ ਬੂੰਦ ਨਹੀਂ ਪਾਣੀ ਦੀ ਜਾਂਦਿਆਂਗੇ ਸੱਚੇ ਬੰਦੇ ਦੀ ਇੱਥੇ ਕਦਰ ਨਹੀਂ ਗਈ ਇਹੋ ਜਿਹੇ ਕਮੀਨੇ ਦਲਾਲ ਦੱਲੇ ਲੋਕ ਉਹਨਾਂ ਨੂੰ ਫਿੱਟ ਬੈਂਦੇ ਆਰਐਸਐਸ ਨੂੰ ਹੁਣ ਜਹੇਦਾਰ ਜਗਤਾਰ ਸਿੰਘ ਉਹਨਾਂ ਨੇ ਵਕੀਲ ਵਕੀਲ ਲਿਆ ਮਹਿਮੂਦ ਭਰਾਚਾ ਆਏ ਦਿਨ ਉਹਦੇ ਘਰ ਦੀ ਫੋਲ ਪੱਟ ਕੀਤੀ ਜਾਂਦੀ ਆਏ ਦਿਨ ਕੋਈ ਕੋਈ ਕਦੀ ਕੋਈ ਚੀਜ਼ ਨਹੀਂ ਬਰਾ ਵਕੀਲ ਆ ਉਹ ਸਿਰਫ ਇਸ ਕਰਕੇ ਕਿ ਉਹ ਜੇਤੇਦਾਰ ਜਤਾਰ ਸਿੰਘ ਦਾ ਵਕੀਲ ਆ ਕੇਸ ਵੀ ਨਹੀਂ ਲੜ ਸਕਦਾ ਉਹ ਬੋਲ ਵੀ ਨਹੀਂ ਸਕਦਾ ਯਾਰ ਕਿੱਥੇ ਮਰਾਂਗੇ ਕਿੱਧਰ ਜਾਮੈਂ ਕਿਹੜੇ ਕਾਨੂੰਨ ਦੀਆਂ ਗੱਲਾਂ ਆ ਆ ਕੱਲ ਵਵਨ ਮੇਸ਼ਰਾਮ ਉਹਨਾਂ ਨੇ ਜਾ ਕੇ ਘੇਰਿਆ 나ਗਪੁਰ ਨੂੰ ਚੱਕ ਕੇ ਤੁਨ ਦਿੱਤੇ ਅੰਦਰ ਸ਼ਾਂਤਮਈ ਸੀਗੇ ਸਾਰੇ 1.5 ਲੱਖ ਬੰਦਾ ਸੀ ਉਹਨਾਂ ਦੇ ਮਗਰ ਕਿਹੜੇ ਕਾਨੂੰਨ ਦੇ ਤਹਿਤ ਉਹਨਾਂ ਨੂੰ ਜੇਲ੍ਹ ਚ ਭੇਜਿਆ ਕਿਹੜੇ ਕਾਨੂੰਨ ਦੇ ਤਹਿਤ ਉਹਨਾਂ ਨੂੰ ਚੱਕ ਕੇ ਅੰਦਰ ਦਿੱਤਾ ਕੱਲ ਤੁਹਾਡੇ ਕੋਲ 3 ਨੂੰ ਭਜਿਆ ਕਿਨ ਭਜਾਇਆ ਪੁਲਿਸ ਵਾਲਿਆਂ ਨੇ ਤੇ ਲੋਕਾਂ ਦੇ ਵਿੱਚ دہشت ਪਾਉਣ ਦੇ ਲਈ ਆ ਜਿਹੜਾ ਵਿਸ਼ਨੋਈ ਆ ਦਿੱਲੀ ਤੋਂ ਲਿਆਉਣ ਦੇ ਲਈ ਜੈਡ ਪਲੱਸ ਸਿਕਿਉਰਟੀ ਨਾਲ ਲਾ ਕੇ ਉਲਟਾ ਬਖਤਰਬੰਦ ਗੱਡੀਆਂ ਨਾਲ ਬੁਲਟ ਪ੍ਰੂਫ ਗੱਡੀਆਂ ਕਿੱਡਾ ਕੋਈ ਸ਼ੇਰ ਆ ਇੱਕ ਨਿਹੰਗ ਸਿੰਘ ਨੂੰ ਵਰਸ਼ਾ ਫਰਾ ਕੇ ਤੋੜ ਦਿਓ ਲੈ ਵੀ ਇਹਨੂੰ ਤੂੰ ਦਿੱਲੀ ਤੋਂ ਪੰਜਾਬ ਜੇ ਨਾ ਪਹਚਾਦੂ ਤਾਂ ਕਹਿ ਤਾ ਕਹਿ ਦਿਓ ਤੁਸੀਂ ਐਡ ਐਡੀ دہشت ਪਾਉਣ ਲਈ ਪੰਜਾਬ ਦੇ ਉੱਤੇ ਕਿਉਂ ਕਿ ਗਰਾਈਆਂ ਫਰੋਤੀਆਂ ਤੁਸੀਂ ਆਪ ਪੁਲਿਸ ਵਾਲੇ ਲੈਨੇ ਆ ਆ ਕਿਕਰ ਸਿੰਘ ਫੜਿਆ ਗਿਆ ਜਿਹੜਾ ਹੱਸਦਾ ਸੀ ਉਹਦੇ ਨਾਲ ਬਿਸ਼ਨੋਈ ਦੇ 25 ਕਰੋੜ ਦੇ 25 ਕਰੋੜ ਦੀ ਉਹਨੇ ਲਈ ਸੀ 25 ਕਰੋੜ 25 ਲੱਖ ਦੀ ਫਰੋਤੀ ਲਈ ਆ ਕਹਿੰਦਾ ਨਹੀਂ ਮੈਂ ਢਾਈ ਲੱਖ ਮੋੜ ਦਿੱਤਾ ਕਿਕਰ ਸਿੰਘ ਪੁਲਿਸ ਵਾਲਾ ਆਇਆ ਫਿਰ ਡੀਜੀਪੀ ਜਿਹੜਾ ਵੈਰਕ ਸੀਗਾ ਉਹਨੇ ਸਿੰਗਲਾ ਵਾਈਨ ਵਾਲਿਆਂ ਤੋਂ ਉਹਨਾਂ ਦਾ ਮੁੰਡਾ ਚੱਕ ਕੇ ਪੰਮੋ ਮਾ ਪੰਮੇ ਮਾਰੋ ਕਿਹਦੇ ਥਰੂ ਪੈਂਕੀਕੈਟ ਬੋਲਦਾ 2 ਕਰੋੜ ਲਿਆ ਕੌਣ ਹੈ ਜਰਾ ਅੱਤਵਾਦੀ ਤੁਸੀਂ ਤਾਂ ਬਦਨਾਮ ਕੀਤਾ ਪੂਰੇ ਭਾਰਤ ਦੇ ਵਿੱਚ ਸਾਨੂੰ ਅੱਤਵਾਦੀ ਕਿਹਾ ਜਾਂਦਾ ਵਰਲਡ ਦੇ ਉੱਤੇ ਆ ਕੇ ਦੇਖੋ ਕਿੰਨਾ ਸਤਕਾਰਿਆ ਆਪਾ ਤਾਂ ਪੁਆਲਿਆ ਤੁਸੀਂ ਰੈੱਡ ਕਾਰਨਰ ਦੇ ਵਿੱਚ ਪੰਨੂ ਨੂੰ ਦੇਤਾਂ ਨੂੰ ਜਵਾਬ ਕੈਨੇਡਾ ਨੇ ਵੀ ਅਮਰੀਕਾ ਨੇ ਵੀ ਸੁਣ ਲਿਆ ਕਹਿੰਦੇ ਕਿਹੜੇ ਕਾਨੂੰਨ ਦੇ ਤਹਿਤ ਇਹ ਭਾਰਤ ਨੀਗਾ ਜਿੱਥੇ ਜਿਹੜਾ ਦਿਲ ਕੀਤਾ ਕਾਨੂੰਨ ਤੁਸੀਂ ਰਜਿਸਟਰ ਕਰਤਾ ਇੱਕ ਵੀ ਕਾਨੂੰਨ ਤੁਸੀਂ ਅੱਜ ਤੱਕ ਜਿਹਨਾਂ ਨੂੰ ਇੰਟਰਪੋਲ 'ਚ ਪਾਇਆ ਸਿੱਧ ਕਰ ਸਕਿਆ ਕਿੰਨਿਆਂ ਨੂੰ ਤੁਸੀਂ ਲੈਣ ਆਏ ਆ ਪੁਰਤਗਾਲ ਦੇ ਵਿੱਚੋਂ ਭੱਜੇ ਆ 48 ਘੰਟਿਆਂ ਦਾ ਨੋਟਿਸ ਦੇ ਦਿੱਤਾ ਜਦੋਂ ਤੁਸੀਂ ਪਰਮੇ ਨੂੰ ਲੈਣ ਗਏ ਇੱਥੋਂ 48 ਘੰਟਿਆਂ ਦਾ ਨੋਟਿਸ ਦੇ ਕੇ ਉਲਟਾ ਤੁਹਾਨੂੰ ਉੱਥੋਂ ਭੱਜਣਾ ਪਿਆ ਛੱਡ ਕੇ ਪੁਰਤਗਾਲ ਤੁਸੀਂ ਸਿਰਫ ਤੇ ਸਿਰਫ ਇੱਕ دہشت ਪਾਉਂਦੇ ਆ ਔਰ دہشت ਪਾ ਕੇ ਤੁਸੀਂ ਭਾਰਤ ਦੀ ਆਵਾਮ ਨੂੰ ਗੁੰਮਰਾਹ ਕਰਦੇ ਆ ਡਰ ਦੇ ਸائے ਹੇਠ ਪਾਲਦੇ ਆ ਡਰ ਦੇ ਸائے ਹੇਠ ਰੱਖਦੇ ਆ ਉਹ ਡਰਾ ਕੇ ਤੁਸੀਂ ਵੋਟਾਂ ਲੈਣੇ ਆ ਆਰਐਸਐਸ ਦੀ ਇਹ ਪਾਲਸੀ ਆ ਪਾੜੋ ਤਾਂ ਰਾਜ ਕਰੋ ਸਾਨੂੰ ਪਾੜ ਦਿੱਤਾ ਸਾਨੂੰ ਜਾਤੀਵਾਦ ਚ ਵੰਡ ਦਿੱਤਾ ਇਹ ਦਹਿਸ਼ਤ ਇਹਨਾਂ ਦੀ ਇਹ ਆ ਆਪਣੇ ਹੱਥੀਂ ਇਹਨਾਂ ਨੇ ਟੀਨੂ ਇਹਨਾਂ ਨੇ ਭਜਾਇਆ ਇੱਕ ਜਿਹੜਾ ਸੀਗਾ ਇਹਨਾਂ ਦਾ ਫੜਿਆ ਇਹਨਾਂ ਕਾਤਲ ਮੂਸੇ ਵਾਲੇ ਚ ਆਪ ਹੱਥੀਂ ਭਜਾ ਲਿਆ ਇੱਕ ਬੰਨੇ ਸਿਕਿਉਰਟੀ ਇਹਨੀਆਂ ਦਿਖਾਣ ਡੇ ਆ ਜੈਡ ਪਲੱਸ ਸਿਕਿਉਰਟੀ ਬਖਤਰਬੰਦ ਗੱਡੀਆਂ ਬੁਲਟ ਪ੍ਰੂਫ ਗੱਡੀਆਂ ਤੇ ਦੂਜੇ ਪਾਸੇ ਬਗੈਰ ਹੱਥ ਕੜੀਆਂ ਤੋਂ ਦੇ ਨਾਲ ਫਰੰਟ ਨੂੰ ਉਹਦੀ ਮਿਲਾਉਣ ਲੈ ਕੇ ਜਾ ਰਹੇ ਆ ਥਾਣੇਦਾਰ ਲੋਕਾਂ ਦੀ ਦੈਸ਼ਿਤ ਪਾਉਣ ਦੀ ਕੋਸ਼ਿਸ਼ ਹੈ ਨਾ ਕਿੰਨਾ ਕਿੰਨਾ ਤੁਸੀਂ ਖਰਚਾ ਕਰਦੇ ਆ ਪੰਜਾਬ ਦਾ ਲੋਕਾਂ ਤੇ ਬੋਝ ਕਿੰਨਾ ਆਪਣਾ ਵਧਾਉਂ ਰਹੇ ਆ ਤੁਸੀਂ ਉਹ ਪੰਜਾਬ ਵਾਲਿਓ ਉੱਠ ਫੜੇ ਉੱਠ ਖੜੇ ਹੋਵੋ ਜਾਤੀਵਾਦ ਉੱਤੇ ਉੱਠ ਕੇ ਆਜੋ ਆਪਣੇ ਹੱਕਾਂ ਲਈ ਤਾਂ ਸੁਚੇਤ ਹੋਈਏ ਆ ਪਾਣੀ ਇੱਕ ਬੂੰਦ ਨਹੀਂ ਜਾਣਦੇ ਆਂ ਕਿ ਅੱਖਾਂ ਖੋਲੋ ਦੱਸਦਾ ਤੁਹਾਨੂੰ ਸਾਰਿਆਂ ਨੂੰ ਪਾਣੀ ਜਾਂਦਾ ਇਹਨਾਂ ਨੂੰ ਪੁੱਛੋ ਮਾਰੋ ਸਾਲਿਆਂ ਦੇ ਇਹਨਾਂ ਦੇ ਜੁੱਤੀਆਂ ਸਾਲਿਓ ਕਿਉਂ ਝੂਠ ਬੋਲਦੇ ਆਂ ਕਿਉਂ ਸਾਨੂੰ ਮੂਰਖ ਬਣਾਉਂਦੇ ਆਂ ਰੈਲਿਟੀਆਂ ਤੁਸੀਂ ਲੈਣੇ ਆਂ ਪੇਸ ਪਾਣੀ ਦੀਆਂ ਕੋਈ ਹੋਟਲ ਬਣਾ ਲੈਂਦਾ ਕੋਈ ਪੈੜੀ ਖਰੀਦ ਲੈਂਦਾ ਕੋਈ ਕੁਛ ਕੋਦੋਂ ਇਹਨਾਂ ਨੂੰ ਜਦ ਕਿੰਨੇ ਕਦੋਂ ਆਪਣੇ ਹੱਕਾਂ ਲਈ ਤਾਂ ਮਰ ਲਓ ਉੱਠ ਲਓ ਹੋਰ ਆਪਣੇ ਪੁੱਤਾਂ ਨੂੰ ਕਿੰਨਾ ਮਰਵਾ ਘਰ ਘਰ ਦੇ ਵਿੱਚ ਚਿੱਟਾ ਬਾੜਤਾ ਮੰਗੋਲੀਆ ਵਾਲਾ ਹਾਰ ਹਾਲ ਕਰ ਦਿੱਤਾ ਪੰਜਾਬ ਦਾ ਜਿਹਦਾ ਮੰਗੋਲੀਆ ਨਸ਼ੇ 'ਚ ਦੇ ਕੇ ਨਾ ਨਸ਼ੇ ਦੀ ਦਲਦਲ ਦੇ ਵਿੱਚ ਧੱਕੇ ਉਹਨਾਂ ਨੂੰ ਗੁਲਾਮੀ ਦੇ ਜੂਲਾ ਉਹਨਾਂ ਤੇ